ਕਿੱਦਾਂ ਮਿੱਤਰੋ, ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ? ਸੋ ਨਵੀਂ ਵੀਡੀਓ ਦੇ ਨਾਲ ਆਪਾਂ ਹਾਜ਼ਰ ਹੋ ਚੁੱਕੇ ਹਾਂ ਅਤੇ ਸੋਤੇ ਉੱਠੇ ਹਾਂ, ਅਤੇ ਉਹ ਤਾਂ ਨਹੀਂ ਜਿਹੜਾ ਕਿ ਸੋਤੇ ਉੱਠੀ ਆ, ਵਾਲ ਖਿਲ ਰਹੇ ਨੇ, ਸੋਤਾ ਉੱਠਿਆ ਅਤੇ ਯਾਰ ਮੈਂ ਕੀ ਕਹਾਂ ਹੁਣ। ਚਲੋ ਆਪਾਂ ਸਟਾਰਟ ਕਰਦੇ ਹਾਂ ਵੀਡੀਓ। ਸੋ ਪਹਿਲੇ ਮੈਂ ਆਪਣਾ ਸਬਵੇ ਔਡਰ ਕੀਤਾ ਹੋਇਆ ਵਾ ਅਤੇ ਉਹਨੂੰ ਲੈਣ ਜਾਣਾ ਵਾ, ਅਤੇ ਇੱਕ ਬਹੁਤ ਜ਼ਰੂਰੀ ਚੀਜ਼ ਤੁਹਾਨੂੰ ਦੱਸਣੀ ਆ। ਜੇ ਤਾਂ ਤੁਸੀਂ ਵੀਡੀਓ ਐਂਡ ਤੱਕ ਵੇਖੋਗੇ ਤਾਂ ਫਾਇਦਾ ਵਾ, ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ ਹੈ। ਸੋ ਜਲਦੀ ਜਲਦੀ ਜਿਹੜੇ ਵੀ ਨਵਾਂ ਬੰਦਾ ਵਾ ਪਲੀਜ਼ ਇੱਥੇ ਹੀ ਲਾਈਕ ਕਰਕੇ ਜਾਵੇ ਅਤੇ ਕਮੈਂਟ ਅਤੇ ਸ਼ੇਅਰ ਜ਼ਰੂਰ ਕਰੇ ਅਤੇ ਸਬਸਕ੍ਰਾਈਬ ਕਰੇ ਨਵਾਂ ਬੰਦਾ, ਤਾਂ ਪਲੀਜ਼ ਕਮੈਂਟ ਜ਼ਰੂਰ ਹੋਣਾ ਚਾਹੀਦਾ ਵਾ ਅਤੇ ਹੁਣੇ ਹੀ ਹੋਣਾ ਚਾਹੀਦਾ ਵਾ ਹੁਣੇ। ਸੋ ਆਪਾਂ ਚੱਲਦੇ ਹਾਂ ਸਬਵੇ ਲੈਣ, ਅਤੇ ਮੈਂ ਤਾਂ ਜ਼ਰੂਰ ਸੋਤਾ ਉੱਠਿਆ ਵਾਂ, ਪਰ ਸਾਡੇ ਘਰ 'ਚ ਨਾ ਇੱਥੇ ਕਿਤੇ ਹੀ ਆ ਕਿਤੇ ਕੋਈ ਚੂਹਾ ਵਾ ਉੱਧਰ, ਅਤੇ ਉਹ ਨਾ ਕੜ 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 ਲਾਈ ਆ, ਅਤੇ ਉਹ ਚੂਹੇ ਦੀ ਵੇਖ ਲਓ ਅਸੀਂ ਇੰਨੀ ਰੱਖੀ ਆ ਕਿ ਹਾਂ ਆਪਾਂ ਤੇਰਾ ਪੂਰਾ ਸੇਵਾ ਤੇਰੀ ਪੂਰੀ ਕਰਾਂਗੇ, ਤੇਰਾ ਧਿਆਨ ਰੱਖਾਂਗੇ, ਅਤੇ ਆਹ ਜਿਹੜਾ ਥੱਲੇ ਪਿਆ ਵਾ ਨਾ ਇਹਦੇ 'ਚ ਚੂਹਾ ਜੇ ਚੜੂਗਾ ਤਾਂ ਚਿਪਕ ਜੂਗਾ, ਤਾਂ ਚੂਹਾ ਇੰਨਾ ਤੇਜ਼ ਆ ਨਾ ਆਪਣੇ ਨਾਲੋਂ ਵੀ ਤੇਜ਼ ਆ, ਅਸੀਂ ਚਿਪਸ ਲੈ ਕੇ ਰੱਖੇ ਲੇਸ ਦੇ ਉਹਦੇ ਲਈ, ਅਤੇ ਇਹ ਚੂਹੇ ਦਾ ਪੁਤਲਾ ਖਾ ਗਿਆ, ਸਾਰੇ ਖਾ ਗਿਆ ਪਰ ਉੱਤੇ ਚਿਪਕਿਆ ਨਹੀਂ, ਅਤੇ ਉੱਥੇ ਆ ਗਿਆ ਵਾ ਹੁਣ, ਉੱਦਾਂ ਤਾਂ ਡਰ ਨਹੀਂ ਲੱਗਦਾ ਮੈਨੂੰ, ਪਰ ਇਹ ਕੀ ਕੜ 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 ਕਰੂਗਾ, ਜਿਹੜੇ ਆਪਣੇ ਡੈਡੀ ਬੀਅਰ ਪਏ ਨੇ ਸਾਰੇ ਹੀ ਇੰਨੇ ਚਕਾ ਚੱਕ ਕਰ ਦਿੰਦੇ। ਸੋ ਅੱਜ ਨੂੰ ਇਹਦੀ ਨਵਾਈ ਨਵਾਈ ਕੀਤੀ ਆ, ਨਵਾਈ ਧਵਾਈ, ਅਤੇ ਲਿਸ਼ਕਦੀ ਪਈ ਆ ਪੂਰੀ। ਸੋ ਵੈਸੇ ਤਾਂ ਮੈਂ ਸੋਚਣ ਰਿਹਾ ਵਾਂ ਕਿ ਕਸਟਮ ਪਲੇਟ ਔਡਰ ਕੀਤੀ ਜਾਵੇ, ਅਤੇ ਜਿਹੜਾ ਤਾਂ ਵੀਡੀਓ ਵੇਖ ਰਿਹਾ ਵਾ ਪਲੀਜ਼ ਮੈਨੂੰ ਨਾ ਨਾਮ ਸੁਜੈਸਟ ਕਰੋ, ਉੱਦਾਂ ਤਾਂ ਮੈਂ ਨਾਮ ਸੁਜੈਸਟ ਕੀਤਾ ਹੋਇਆ ਜੋ ਕਿ ਮੈਂ ਆਪਣੇ ਇੱਥੇ ਯਾਰ ਬਣਾਇਆ ਹੋਇਆ ਵਾ, ਬਾਹਮਣ ਲਿਖਿਆ ਹੋਇਆ ਵਾ, ਪਰ ਹੋਰ ਜੇ ਇਸ ਤੋਂ ਇਲਾਵਾ ਕੋਈ ਮੈਨੂੰ ਸੁਜੈਸਟ ਕਰੇ ਕਿ ਹਾਂ ਪਲੇਟ 'ਤੇ ਕੀ ਚੰਗਾ ਲੱਗਦਾ ਵਾ, ਐਕਸੈਪਟ ਪੰਜਾਬ, ਹਥਿਆਰ, ਡਾਕੂ, ਪਤਾ ਨਹੀਂ ਧੱਕਾ, ਅਤੇ ਹਾਂ ਹੈਗੇ ਆ, ਮਤਲਬ ਆਹ ਸਭ ਚੀਜ਼ਾਂ ਮਤਲਬ ਇੱਥੇ ਚੱਲਦੀਆਂ ਵਾਂ, ਇਸ ਤੋਂ ਇਲਾਵਾ ਕੋਈ ਮੈਨੂੰ ਸੁਜੈਸਟ ਕਰੋ ਯਾਰ। ਇੱਕ ਤਾਂ ਨਾ ਅੰਗਰੇਜ਼ੀ ਫਸ ਜਾਂਦੀ ਹੈ ਫਿਰ ਤਾਂ ਦੰਦਾਂ ਦਾ ਭਾਵ ਇਹੋ ਹੀ ਆ, ਅਤੇ ਮੈਨੂੰ ਦੱਸੋ ਮੈਂ ਕਿਹੜੀ ਔਡਰ ਕਰਾਂ, ਮੈਂ ਕੀ ਨਾਮ ਲਿਖਾਂ ਕਿ ਮੇਰੀ ਪਰਸਨੈਲਿਟੀ ਨੂੰ ਮੈਚ ਕਰੇ, ਉਹਦਾ ਤਾਂ ਬਾਹਮਣ ਹੀ ਕਹਿੰਦੇ ਆ ਮੈਨੂੰ, ਪਰ ਫਿਰ ਵੀ ਤੁਸੀਂ ਦੱਸੋ ਅਤੇ ਸਭੇ ਚੱਕ ਲਿਆਈਏ ਯਾਰ। ਯਾਰ ਆਪਣੇ ਨਾਲ ਨਾ ਕਲੋਲ ਹੋ ਗਈ ਇੱਕ, ਮੈਂ ਨਾ ਔਨਲਾਈਨ ਔਡਰ ਕੀਤਾ ਸੀ ਅਤੇ ਮੈਂ ਡਾਇਟ ਪੈਪਸੀ ਦੀ ਨਾ ਮੈਂ ਮਤਲਬ ਮੈਂ ਬੋਟਲ ਔਡਰ ਕੀਤੀ, ਅਤੇ ਇੱਕ ਤਾਂ ਨਾ ਫੋਨ ਨਾਲ ਵੀਡੀਓ ਬਣਾਉਣਾ ਬਹੁਤ ਜ਼ਿਆਦਾ ਔਖਾ, ਮੈਂ ਨਾ ਡਾਇਟ ਪੈਪਸੀ ਦੀ ਮੈਂ ਬੋਟਲ ਔਡਰ ਕੀਤੀ ਸੀ, ਮਤਲਬ ਮੈਨੂੰ ਲੱਗਾ ਕਿ ਤਾਂ ਮੈਂ ਬੋਟਲ ਹੀ ਔਡਰ ਕੀਤੀ ਹੈ, ਪਰ ਉੱਥੇ ਜਿਹੜਾ ਆਪਣਾ ਆਪਾਂ ਨੂੰ ਜਿਹੜਾ ਇੰਡੀਆ 'ਚ ਮੀਡੀਅਮ ਦਾ ਕੱਪ ਨਹੀਂ ਮਿਲਦਾ ਪੈਪਸੀ ਵਾਲਾ, ਗਲਤੀ ਨਾਲ ਉਹ ਔਡਰ ਹੋ ਗਿਆ, ਅਤੇ ਸਭੇ ਆ ਗਿਆ ਵਾ ਅਤੇ ਬੋਟਲ ਆ ਗਈ ਆਪਣੇ ਕੋਲ ਆ, ਅਤੇ ਆਪਾਂ ਘਰ ਜਾ ਕੇ ਆ ਵੀਡੀਓ ਤੁਹਾਨੂੰ ਸਟਾਰਟ ਕਰੀਏ, ਤਾਂ ਵੇਖਿਓ ਜ਼ਰੂਰ, ਬਹੁਤ ਹੈਲਪਫੁੱਲ ਆ, ਮੇਰੇ ਖਿਆਲ ਨਾਲ ਨਹੀਂ ਪਈ ਹਾਲੇ ਤਾਂ ਕਿਸੇ ਨੇ ਨਹੀਂ ਪਾਈ ਯੂਟਿਊਬ 'ਤੇ। ਸੋ ਹਾਂਜੀ ਮੈਂ ਹੁਣ ਗੱਲ ਕਰਨਾ ਚਾਹੂੰਗਾ ਸਕੈਮ ਦੇ ਬਾਰੇ 'ਚ, ਜਿਨ੍ਹਾਂ 'ਤੇ ਸਾਰਿਆਂ ਨੂੰ ਇੰਡੀਆ 'ਚ ਪਤਾ ਵਾ ਕਿ ਇੰਡੀਆ ਦੇ ਵਿੱਚ ਸਕੈਮ ਕਿਹੜੇ ਕਿਹੜੇ ਤਰ੍ਹਾਂ ਦੇ ਹੁੰਦੇ ਆ ਅਤੇ ਕਿੱਦਾਂ ਕਿੱਦਾਂ ਹੁੰਦੇ ਆ। ਪੇਟੀਐਮ 'ਤੇ ਸਕੈਮ ਹੁੰਦੇ ਆ, ਗੂਗਲ ਪੇ 'ਤੇ ਸਕੈਮ ਹੁੰਦੇ ਆ, ਕਿਸੇ ਦੁਕਾਨ 'ਤੇ ਜਾਓ ਉੱਥੇ ਸਕੈਮ ਹੁੰਦਾ ਵਾ, ਕਿਸੇ ਵੀ ਰਾਸ਼ਨ ਵਾਲੇ 'ਤੇ ਕਿਸੇ ਰੇਹੜੀ ਵਾਲੇ 'ਤੇ ਜਾਓ ਉੱਥੇ ਸਕੈਮ ਹੁੰਦਾ ਵਾ, ਆਟੋ 'ਤੇ ਚੜੋ, ਬੱਸੇ ਚੜੋ, ਹਰ ਜਗ੍ਹਾ ਆਪਣੇ ਸਕੈਮ ਸਕੈਮ ਬਹੁਤ ਜ਼ਿਆਦਾ ਇੰਡੀਆ ਹੈਗਾ ਵਾ, ਭਾਵੇਂ ਕਿਸੇ ਇਮੀਗ੍ਰੇਸ਼ਨ ਵਾਲੇ ਕੋਲ ਜਾਓ ਉੱਥੇ ਵੀ ਸਕੈਮ ਹੁੰਦਾ ਵਾ। ਅਤੇ ਕੈਨੇਡਾ ਦੇ ਵਿੱਚ ਸਕੈਮ ਕਿਹੜਾ ਹੁੰਦਾ ਵਾ ਅਤੇ ਕਿ ਇਹਨਾਂ ਤੋਂ ਬਚਿਆ ਕਿੱਦਾਂ ਜਾ ਸਕਦਾ ਵਾ, ਉਹਦੇ ਬਾਰੇ ਮੈਂ ਹੁਣ ਤੁਹਾਡੇ ਨਾਲ ਗੱਲ ਕਰਨਾ ਚਾਹੂੰਗਾ। ਸੋ ਜਦੋਂ ਆਪਾਂ ਕੈਨੇਡਾ ਦੇ ਵਿੱਚ ਲੈਂਡ ਹੁੰਦੇ ਹਾਂ, ਸੋ ਸਭ ਤੋਂ ਪਹਿਲੀ ਸਾਡੀ ਪ੍ਰਾਇਓਰਟੀ ਇਹ ਹੁੰਦੀ ਹੈ ਕਿ ਅਸੀਂ ਫੋਨ ਲਈਏ, ਅਤੇ ਆਪਾਂ ਸਭ ਤੋਂ ਪਹਿਲੇ ਫੋਨ ਲੈਂਦੇ ਹਾਂ ਕਿਸੇ ਨੈਟਵਰਕ ਤੋਂ ਲੈਂਦੇ ਹਾਂ, ਇੰਸਟਾਲਮੈਂਟ 'ਤੇ ਆਪਾਂ ਫੋਨ ਲੈਂਦੇ ਹਾਂ, ਅਤੇ ਆਪਣਾ ਜਿਹੜਾ ਉਹ ਨੰਬਰ ਹੁੰਦਾ ਵਾ ਉਸ 'ਤੇ ਸਟਾਰਟਿੰਗ ਦੇ ਵਿੱਚ ਸਾਨੂੰ ਨਾ ਫੇਕ ਕਾਲਸ ਬਹੁਤ ਆਉਣ ਲੱਗ ਪੈਂਦੀਆਂ ਨੇ, ਇੰਨੀਆਂ ਜ਼ਿਆਦੀਆਂ ਫੇਕ ਕਾਲ ਆਉਂਦੀਆਂ ਨੇ, ਪਤਾ ਨਹੀਂ ਕਿਹੜੀ ਕਿਹੜੀ ਕੰਟਰੀ ਤੋਂ, ਪਤਾ ਨਹੀਂ ਕਿੱਥੋਂ ਕਿੱਥੋਂ ਫੇਕ ਕਾਲਸ ਮਤਲਬ ਕਿ ਆਉਂਦੀਆਂ ਰਹਿਣੀਆਂ ਵਾ, ਆਪਾਂ ਚੁੱਕਾਂਗੇ ਵੀ ਅੱਗੋਂ ਕਿਸੇ ਨੇ ਕੁਛ ਬੋਲਣਾ ਨਹੀਂ ਆ, ਸੋ ਇੱਦਾਂ ਇੱਦਾਂ ਦੀਆਂ ਫੇਕ ਕਾਲਸ ਆਉਂਦੀਆਂ ਨੇ, ਤੁਹਾਨੂੰ ਮੈਂ ਵਿਖਾਉਂਦਾ ਵਾ ਕਿਹੜੇ ਕਿੱਦਾਂ ਕਿੱਦਾਂ ਦੇ ਨੰਬਰ ਹੁੰਦੇ। ਸੋ ਤੁਸੀਂ ਹੁਣ ਵੇਖੋ ਕਿ ਕਿੱਦਾਂ ਕਿੱਦਾਂ ਦੇ ਨੰਬਰ ਹੁੰਦੇ ਆ। ਸੋ ਆਹ ਜਿੰਨੇ ਵੀ ਤੁਹਾਨੂੰ ਨੰਬਰਸ ਨਜ਼ਰ ਆ ਰਹੇ ਨੇ, ਜਿੰਨੇ ਵੀ ਤੁਹਾਨੂੰ ਨਜ਼ਰ ਆ ਰਹੇ ਨੇ, ਇਹ ਸਭ ਫੇਕ ਕਾਲਸ ਨੇ, ਸਭ ਫੇਕ ਕਾਲਸ ਨੇ, ਟੋਟਲ ਮੇਰੇ ਬਲੌਕ ਲਿਸਟ 'ਚ ਪਏ ਨੇ, ਪਰ ਇਹ ਮੇਰਾ ਪੁਰਾਣਾ ਫੋਨ ਆ। ਸੋ ਸਟਾਰਟਿੰਗ ਦੇ ਵਿੱਚ ਇੱਦਾਂ ਦੀਆਂ ਫੇਕ ਕਾਲਸ ਆਉਂਦੀਆਂ ਨੇ, ਅਤੇ ਫਿਰ ਆਪਾਂ ਨੂੰ ਫੋਨ ਆਉਂਦਾ ਵਾ ਕਿਸੇ ਕੋਈ ਕੰਪਿਊਟਰ ਦੇ ਥਰੂ ਸਾਨੂੰ ਫੋਨ ਕਰਦਾ ਵਾ, ਡਿਪੈਂਡ ਕਰਦਾ ਵਾ ਕਿ ਆਪਣਾ ਉਹ ਦੇਸੀ ਆ ਕੋਈ ਵੀ ਆ ਕਿਸੇ ਵੀ ਕੰਟਰੀ ਦਾ ਵਾ। ਸੋ ਉਹ ਗੱਲ ਇੱਦਾਂ ਦੀਆਂ ਕਰਦੇ ਨੇ ਕਿ ਤੁਹਾਡੇ ਨਾਲ ਲੋਟਰੀ ਨਿਕਲ ਗਈ ਆ, ਜੋ ਕਿ ਮੇਰੇ ਨਾਲ ਪਹਿਲੀ ਵਾਰ ਹੋਇਆ ਸੀ ਜਦੋਂ ਮੈਂ ਆਇਆ ਹਾਂ, ਮਤਲਬ 2018 ਦੇ ਵਿੱਚ ਹੋਇਆ ਸੀ ਇਹ ਚੀਜ਼ ਕਿ ਮੇਰੀ 50,000 ਦੀ ਲੋਟਰੀ ਨਿਕਲ ਗਈ ਆ। $50,000 ਮਤਲਬ ਬਹੁਤ ਜ਼ਿਆਦਾ ਹੁੰਦਾ ਆ,
$50,000 ਸੀ ਕਹਿੰਦਾ ਕਿ ਲੋਟਰੀ ਤੁਹਾਡੀ ਨਿਕਲ ਗਈ ਆ ਸੋ ਤੁਸੀਂ ਮੈਂ ਹਾਂ ਜੇ ਮੈਂ ਕਲੇਮ ਕਰਨਾ ਚਾਹਾਂ ਤਾਂ ਮੈਂ ਕਿੱਦਾਂ ਲਵਾਂ ਅਤੇ ਕਹਿੰਦਾ ਕਿ ਤੁਹਾਨੂੰ ਆਪਣਾ ਡਾਇਰੈਕਟ ਡਿਪੋਜ਼ਿਟ ਦੇਣਾ ਪੈਣਾ ਵਾ ਇੱਕ ਤਾਂ ਡਾਇਰੈਕਟ ਡਿਪੋਜ਼ਿਟ ਇੱਕ ਹੁੰਦਾ ਵਾ ਸੋਸ਼ਲ ਇੰਸ਼ੋਰੈਂਸ ਨੰਬਰ ਪਲੱਸ ਆਪਣਾ ਕੋਈ ਕੋਈ ਕ੍ਰੈਡਿਟ ਕਾਰਡ ਨਹੀਂ ਕੋਈ ਡੈਬਿਟ ਕਾਰਡ ਦੀ ਕੋਈ ਇਨਫੋਰਮੇਸ਼ਨ ਨਹੀਂ ਮੰਗੀ ਐਡਰੈਸ ਮੇਰਾ ਮੰਗਿਆ ਕਿ ਹਾਂ ਮੈਂ ਉਹ ਕਰੂੰਗਾ ਪਰ ਗਲਤੀ ਉੱਥੇ ਇਹ ਬੰਦਾ ਕਰ ਗਿਆ ਕਿ ਕਹਿੰਦਾ ਕਿ ਮੈਂ ਡਾਇਰੈਕਟ ਡਿਪੋਜ਼ਿਟ ਨਹੀਂ ਕਰਨਾ ਪਰ ਮੈਨੂੰ ਆਪਣੀ ਇਨਫੋਰਮੇਸ਼ਨ ਸਾਰੀ ਦੇਣੀ ਪੈਣੀ ਆ ਮੈਨੂੰ ਡਾਇਰੈਕਟ ਡਿਪੋਜ਼ਿਟ ਨਹੀਂ ਕਰਨਾ ਕਹਿੰਦਾ ਮੈਂ ਤੈਨੂੰ ਕੈਸ਼ ਦਊਂਗਾ ਮੈਂ ਉਹ ਬੰਦੇ ਨੂੰ ਕਿਹਾ ਉਹ ਬੰਦਾ ਹੈਗਾ ਸੀ ਮੇਰੇ ਖਿਆਲ ਨਾਲ ਪਤਾ ਨਹੀਂ ਕਿੱਧਰ ਦਾ ਸੀ ਅਤੇ ਪਰ ਉਹਨੂੰ ਹਿੰਦੀ ਪੰਜਾਬੀ ਦੋਨੋਂ ਆਉਂਦੀ ਸੀ ਮੈਂ ਉਹਨੂੰ ਕਿਹਾ ਕਿ ਤੂੰ ਮੈਨੂੰ ਗੋ ਸਟੇਸ਼ਨ ਆ ਕੇ ਨਾ ਮੈਨੂੰ $50,000 ਮੈਨੂੰ ਦੇ ਦੇ ਅਤੇ ਮੈਂ ਤੈਨੂੰ ਆਪਣੀ ਇਨਫੋਰਮੇਸ਼ਨ ਰਾਈਟ ਵੇ ਦੇ ਦੂੰਗਾ ਤੈਨੂੰ ਉੱਥੇ ਆਣ ਕੇ ਸੋ ਉਸ ਤੋਂ ਬਾਅਦ ਉਹਨੇ ਗਾਲਾਂ ਗੁਲਾਂ ਕੱਢਦੀਆਂ ਸ਼ੁਰੂ ਕਰਤੀਆਂ ਅਤੇ ਮੈਂ ਵੀ ਕੱਢਤੀਆਂ ਪਹਿਲਾਂ ਸਕੈਮ ਉਹ ਸੀ ਸੋ ਮੈਂ ਗੱਲ ਕਰਦਾ ਵਾਂ ਹੁਣ ਦੂਜੇ ਸਕੈਮ ਦੀ ਹੋਰ ਸਕੈਮ ਤੁਹਾਨੂੰ ਕਿੱਦਾਂ ਕਿੱਦਾਂ ਦੇ ਇੱਥੇ ਦੇਖਣਗੇ ਸੋ ਦੂਜਾ ਸਕੈਮ ਇੱਦਾਂ ਦੇ ਹੁੰਦੇ ਨੇ ਕਿ ਤੁਹਾਨੂੰ ਫੋਨ 'ਤੇ ਜਦੋਂ ਵੀ ਆਪਾਂ ਕਿਸੇ ਵੀ ਨੈਟਵਰਕ ਤੋਂ ਆਪਾਂ ਸਿੰਮ ਲੈਂਦੇ ਨੇ ਜ਼ਿਆਦਾਤਰ ਹੁਣ ਰੋਜਰਸ 'ਤੇ ਚੱਲਣ ਦਿਆ ਵਾ ਇਹ ਚੀਜ਼ ਜੋ ਕਿ ਮੇਰਾ ਹੁਣ ਪਲੈਨ ਰੋਜਰਸ 'ਤੇ ਆ ਪਿਛਲੀ ਜਿਹੜੀ ਮੇਰੀ ਸਿੰਮ ਸੀ ਉਹ ਫਰੀਡਮ ਦੀ ਸੀ ਸੋ ਰੋਜਰਸ 'ਤੇ ਇੱਦਾਂ ਚੱਲਣ ਦਿਆ ਵਾ ਕਿ ਤੁਹਾਡੀ ਕੁਝ 9500 ਦੀ ਕੁਝ ਲੋਟਰੀ ਨਿਕਲ ਆਈ ਜੋ ਕਿ ਮੈਨੂੰ ਰੀਸੈਂਟ ਇੱਕ ਮੈਸੇਜ ਆਇਆ ਵਾ ਮੇਰੇ ਖਿਆਲ 9500 ਸੀ ਕੁਛ ਤਾਂ ਹੈਗਾ ਸੀ ਮੈਂ ਇੱਥੇ ਸਾਈਡ 'ਤੇ ਮੈਂ ਹੁਣ ਸਕਰੀਨਸ਼ੋਟ ਪਾਊਂਗਾ ਅਤੇ ਲੋਟਰੀ ਨਿਕਲ ਆਈ ਆ ਅਤੇ ਥੱਲੇ ਨਾ ਲਿੰਕ ਮੈਨਸ਼ਨ ਕੀਤੀ ਸੀ ਕਿ ਇੱਥੇ ਜਾਓ ਅਤੇ ਆਪਣੀ ਨਾ ਸਾਰੀ ਜਿੰਨੀ ਵੀ ਤੁਹਾਡੀ ਇਨਫੋਰਮੇਸ਼ਨ ਹੈ ਸਾਰੀ ਉੱਥੇ ਪਾਓ ਅਤੇ ਤੁਹਾਨੂੰ ਪੈਸੇ ਮਿਲ ਜਾਣਗੇ ਦੂਜਾ ਸਕੈਮ ਇੱਦਾਂ ਦਾ ਹੁੰਦਾ ਵਾ ਇੱਥੇ ਅਤੇ ਤੀਸਰਾ ਸਕੈਮ ਇੱਦਾਂ ਦਾ ਹੁੰਦਾ ਵਾ ਇੱਥੇ ਕਿ ਤੁਹਾਨੂੰ ਫੋਨ ਆਊਗਾ ਕੋਈ ਫੇਕ ਕਾਲ ਹੋਊਗੀ ਕੰਪਿਊਟਰ ਬੋਲੇਗਾ ਕਿ ਇੰਗਲਿਸ਼ ਲਈ 1 ਪ੍ਰੈਸ ਕਰੋ ਫ੍ਰੈਂਚ ਲਈ 2 ਪ੍ਰੈਸ ਕਰੋ ਤੁਸੀਂ ਗਲਤੀ ਨਾਲ ਚੱਲ ਇੰਗਲਿਸ਼ ਲਈ ਤੁਸੀਂ 1 ਪ੍ਰੈਸ ਵੀ ਕਰ ਦਿੱਤਾ ਉਸ ਤੋਂ ਬਾਅਦ ਕੰਪਿਊਟਰ ਬੋਲੇਗਾ ਕਿ ਤੁਹਾਡੇ ਸੋਸ਼ਲ ਇੰਸ਼ੋਰੈਂਸ ਨੰਬਰ ਜੋ ਕਿ ਸਾਨੂੰ ਆਉਂਦੇ ਸਾਰ ਹੀ ਇੱਥੇ ਅਪਲਾਈ ਕਰਨਾ ਹੁੰਦਾ ਵਾ ਉਹ ਤੋਂ ਬਗੈਰ ਅਸੀਂ ਇੱਥੇ ਕੰਮ ਨਹੀਂ ਕਰ ਸਕਦੇ ਸੋਸ਼ਲ ਇੰਸ਼ੋਰੈਂਸ ਨੰਬਰ 'ਤੇ ਤੁਹਾਡੇ ਕੋਈ ਇੱਦਾਂ ਦੀ ਕੋਈ ਐਕਟੀਵਿਟੀ ਹੋਈ ਗਿਆ ਜਿਹਦੇ ਕਰਕੇ ਤੁਹਾਨੂੰ ਤੁਹਾਡੇ 'ਤੇ ਪੁਲਿਸ ਕੇਸ ਹੋ ਗਿਆ ਵਾ ਇੱਦਾਂ ਦਾ ਤੁਹਾਡੇ 'ਤੇ ਇੱਕ ਨਾ ਤੁਹਾਨੂੰ ਫੋਨ ਆਏਗਾ ਕੰਪਿਊਟਰ ਬੋਲੇਗਾ ਉਸ ਤੋਂ ਬਾਅਦ ਫਰਦਰ ਉਹ ਕਹੂਗਾ ਕਿ ਆ ਬਟਨ ਪ੍ਰੈਸ ਕਰੋ ਕਿ ਤੁਸੀਂ ਕਿਸੇ ਅੱਗੇ ਏਜੰਟ ਨਾਲ ਤੁਸੀਂ ਗੱਲ ਕਰੋ ਦੂਜਾ ਸਕੈਮ ਇੱਦਾਂ ਦਾ ਹੁੰਦਾ ਵਾ ਸੋ ਆਹ ਹੋ ਗਏ 3 ਸਕੈਮ ਜੋ ਕਿ ਬਹੁਤ ਰੇਅਰ ਨੇ ਰੇਅਰ ਨਹੀਂ ਕਹਿ ਸਕਦੇ ਮਤਲਬ ਕਿ ਨੋਰਮਲੀ ਇਹੋ ਚੱਲਦੇ ਨੇ ਇੱਥੇ ਜਿੰਨਾ ਤਾਂ ਮੈਨੂੰ ਪਤਾ ਸੋ ਇਹਨਾਂ ਤੋਂ ਹੁਣ ਮੈਂ ਬਚਣ ਲਈ ਕੀ ਕਰਨਾ ਚਾਹੀਦਾ ਵਾ ਉਹ ਮੈਂ ਤੁਹਾਨੂੰ ਦੱਸ ਇਹਨਾਂ ਤੋਂ ਬਚਣ ਲਈ ਆਹ ਸਕੈਮਸ ਜਿੰਨੇ ਵੀ ਮੈਂ ਤੁਹਾਨੂੰ ਦੱਸੇ ਨੇ ਆ ਜਿਹੜੇ 3 ਸਕੈਮ ਇਹਨਾਂ ਤੋਂ ਬਚਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਵਾ ਉਹਦੇ ਵਿੱਚ ਆਹ ਸਭ ਚੀਜ਼ਾਂ ਨੇ ਕਿ ਪਹਿਲੀ ਗੱਲ ਤਾਂ ਫਸਟ ਨੇਮ ਅਤੇ ਲਾਸਟ ਨੇਮ ਜਿਹੜਾ ਆਪਣਾ ਹੁੰਦਾ ਵਾ ਮੋਸਟਲੀ ਆਪਣੇ ਪੰਜਾਬੀ ਦੇ ਵਿੱਚ ਇਹ ਸਭ ਕੁਝ ਇੱਥੇ ਕਾਮਨ ਹੁੰਦਾ ਵਾ ਸੋ ਆਪਣਾ ਫਸਟ ਨੇਮ ਲਾਸਟ ਨੇਮ ਉਹਨੂੰ ਦੱਸਿਓ ਜਿਹਨੂੰ ਤਾਂ ਲੋੜ ਆ ਜਿਹਨੂੰ ਤਾਂ ਤੁਸੀਂ ਜਾਣਦੇ ਹੋ ਜਾਂ ਤੁਹਾਨੂੰ ਬੰਦਾ ਵਧੀਆ ਲੱਗੇ ਗੱਲਾਂ 'ਚ ਕਿਉਂਕਿ ਇੱਥੇ ਗੱਲਾਂ 'ਚ ਵੀ ਬਹੁਤ ਇੱਥੇ ਨਾ ਹਰ ਇੱਕ ਘਰ ਘਰ ਦੇ ਵਿੱਚ ਹਰਸ਼ਦ ਮਹਿਤਾ ਜੰਮਿਆ ਵਾ ਇੱਥੇ ਜੋ ਇੱਥੇ ਹਿਸਾਬ ਆ ਆਪਣਾ ਫਸਟ ਨੇਮ ਅਤੇ ਲਾਸਟ ਨੇਮ ਉਹਨੂੰ ਦੱਸਣਾ ਵਾ ਜਿਹਨੂੰ ਤੁਸੀਂ ਜਾਣਦੇ ਹੋ ਆਪਣਾ ਐਡਰੈਸ ਉਹਨੂੰ ਹੀ ਦੱਸਣਾ ਵਾ ਜਿਹਨੂੰ ਤੁਸੀਂ ਜਾਣਦੇ ਹੋ ਅਤੇ ਤੁਹਾਨੂੰ ਪੂਰਾ ਪੂਰਾ ਭਰੋਸਾ ਵਾ ਪਲੱਸ ਆਪਣਾ ਫੋਨ ਨੰਬਰ ਇੱਥੇ ਜਣੇ ਖਣੇ ਨੂੰ ਕਿਸੇ ਨੂੰ ਨਹੀਂ ਦੇਣਾ ਅਤੇ ਮੋਸਟ ਇੰਪੋਰਟੈਂਟ ਤੁਹਾਡਾ ਜਿਹੜਾ ਸੋਸ਼ਲ ਇੰਸ਼ੋਰੈਂਸ ਨੰਬਰ ਹੁੰਦਾ ਵਾ ਜਿਹਨੂੰ ਸਿਨ ਨੰਬਰ ਕਹਿ ਦਿੰਦੇ ਨੇ ਉਹ ਆਪਾਂ ਕਿਸੇ ਨੂੰ ਵੀ ਨਹੀਂ ਦੇਣਾ ਭਾਵੇਂ ਅਸੀਂ ਜਾਣਦੇ ਉਹਨੂੰ ਭਾਵੇਂ ਅਸੀਂ ਨਹੀਂ ਜਾਣਦੇ ਉਹਨੂੰ ਕਿਉਂਕਿ ਜਨਤਾ ਆਪਣੇ ਸਿਨ ਦੇ ਉੱਤੇ ਸਾਡਾ ਜਿਹੜਾ ਸਿਮ ਨੰਬਰ ਹੁੰਦਾ ਵਾ ਉੱਤੇ ਕਈ ਕੰਮ ਕਰਨ ਲੱਗ ਪੈਂਦੇ ਜਿਨ੍ਹਾਂ ਨੂੰ ਆਪਾਂ ਦੱਸ ਦਿੰਦੇ ਹਾਂ ਕਿ ਹਾਂ ਆ ਜੀ ਸਾਡਾ ਸਿਮ ਨੰਬਰ ਆ ਉਹ 20 ਘੰਟੇ ਆਪਣੇ ਸਿਮ 'ਤੇ ਲਾਉਂਦੇ ਲਾਉਂਦੇ ਆ ਅਤੇ 20 ਘੰਟੇ ਦੂਜਿਆਂ ਦੇ ਵੀ ਸਿਮ 'ਤੇ ਲਾਉਣ ਲੱਗ ਪੈਂਦੇ ਆ ਆਹ ਚੀਜ਼ ਹੁੰਦੀ ਆ ਅਤੇ ਤੀਜੀ ਕਿਸੇ ਨੂੰ ਆਪਣਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਕਿਸੇ ਨੂੰ ਨਹੀਂ ਫੜਾਉਣਾ ਕੋਈ ਕਾਰਡ ਦਾ ਨੰਬਰ ਨਹੀਂ ਦੇਣਾ ਬੈਕ 'ਤੇ ਸਿਕਿਉਰਿਟੀ ਨੰਬਰ ਹੁੰਦਾ ਵਾ 3 ਡਿਜਿਟ ਦਾ ਉਹ ਆਪਾਂ ਕਿਸੇ ਨੂੰ ਨਹੀਂ ਦੇਣਾ ਇੱਥੇ ਆਣ ਕੇ ਅਤੇ ਜਿਨ੍ਹਾਂ ਨੂੰ ਇੱਦਾਂ ਦੀਆਂ ਲਿੰਕਾਂ ਆਉਂਦੀਆਂ ਨੇ ਇੱਥੇ ਆਣ ਕੇ ਅਤੇ ਮੈਨੂੰ ਪਤਾ ਪੈਸਿਆਂ ਦੇ ਮਗਰ ਸਾਰੇ ਸ਼ਿਕਾਰੀ ਹੁੰਦੇ ਆ ਪਰ ਗਲਤੀ ਨਾਲ ਵੀ ਆਹ ਸਭ ਲਿੰਕਾਂ 'ਤੇ ਕਲਿੱਕ ਨਾ ਕਰ ਦਿਓ ਆਪਣੀ ਕੋਈ ਇੱਦਾਂ ਦੀ ਇਨਫੋਰਮੇਸ਼ਨ ਨਾ ਪਾ ਦਿਓ ਕਿ ਪੈਸੇ ਤੁਹਾਨੂੰ ਲੱਗੇ ਕਿ ਪੈਸੇ ਆ ਰਹੇ ਜਿੱਦਾਂ ਦੇ ਉਹਨੂੰ ਹੁੰਦਾ ਸੀ ਦੇਵੀ ਪ੍ਰਸਾਦ ਨਾਮ ਹੀ ਉਹਦਾ ਪਤਾ ਨਹੀਂ ਕੀ ਸੀ ਅਤੇ ਨਹੀਂ ਬਾਬੂ ਰਾਓ ਕਹਿੰਦਾ ਗਣਪਤੀ ਬਾਬਾ ਮੇਰਾ ਪੈਸਾ ਡਬਲ ਹੋ ਜਾਏਗਾ ਪੈਸਾ ਡਬਲ ਨਹੀਂ ਹੁੰਦਾ ਉੱਥੇ ਉਹ ਤੁਹਾਡੇ ਅਕਾਊਂਟ 'ਚ ਐਂ ਨਿਕਲ ਜਾਣਾ ਤੁਹਾਨੂੰ ਪਤਾ ਨਹੀਂ ਲੱਗਣਾ ਕਿਉਂਕਿ ਆਪਾਂ ਇਨਫੋਰਮੇਸ਼ਨ ਦੇ ਬੈਠੇ ਹਾਂ ਔਨਲਾਈਨ ਅਤੇ ਇਹ ਸਭ ਚੀਜ਼ਾਂ ਹੁੰਦੀਆਂ ਨੇ ਇੱਥੇ ਸਭ ਤੋਂ ਮੋਸਟ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਆ ਕਿ ਸਿਨ ਨੰਬਰ ਉਹ ਆਪਾਂ ਕਿਸੇ ਨੂੰ ਨਹੀਂ ਦੇਣਾ ਇੱਥੇ ਪੈਨਿਕ ਨਹੀਂ ਹੋਣਾ ਫੇਕ ਕਾਲਸ ਤੁਹਾਨੂੰ ਆਉਣਗੀਆਂ ਇੱਥੇ ਤੁਹਾਨੂੰ ਲਗਾਤਾਰ ਆਉਣਗੀਆਂ ਦਿਨ 'ਚ 15-20 ਵਾਰੀ ਫੇਕ ਕਾਲਸ ਆਉਣਗੀਆਂ ਅਤੇ ਤੁਸੀਂ ਚੱਕਣਾ ਨਹੀਂ ਆ ਜਿਹਨੂੰ ਤੁਸੀਂ ਜਾਣਦੇ ਹੋ ਸਿਰਫ ਉਹਦਾ ਫੋਨ ਚੱਕਿਓ ਸੋ ਇੱਦਾਂ ਦੇ ਕੁਝ ਇੱਥੇ ਸਕੈਮਸ ਹੁੰਦੇ ਨੇ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਸੀ ਅਤੇ ਮੈਨੂੰ ਲੱਗਾ ਕਿਤੇ ਕਿ ਹਾਂ ਤੁਹਾਨੂੰ ਇੰਪੋਰਟੈਂਟ ਹੋਊਗੀ ਆ ਗੱਲ
क्योंकि हर एक नवे बंदे नूं इत्थे नहीं पता हुंदा ते लोग इदां इदां दी इत्थे गलतियां कर लैंदे ने कि पैसे कमाउणे की आ फिर लुट जांदे ने आ सब चीज़ां ते। सो जिन्हों जिन्हों आ वीडियो पसंद आई है प्लीज़ लाइक करके जायो, शेयर करके जायो ते कमेंट जरूर करके जायो। तो जिहड़े कहिंदे आ कि वीर तूं लाइव नहीं आउंदा ते भरावा तुसीं नहीं लाइव आउंदे, मैं ते आ जांदा वां। सो साडी टाइमिंग मैच नहीं करदी। सो इदां ही तुहानूं अगली वीडियो दे विच मिलांगे। सो टिल देन बाय बाय, टेक केयर। कोरोना वायरस तो प्लीज़ बच के रहो। जिन्हों ने मेरी पुरानी वीडियो नहीं वेखिया प्लीज़ जाके चैकआउट करो, उत्थे कमेंट करो। तो बाय बाय।